ਕਿਹੜਾ ਬੀਜ ਲਾਣਾ ਚਾਹੀਦਾ, ਕਿਹੜੀ ਵੈਰਾਇਟੀ ਅੱਛੀ ਵੈਰਾਇਟੀ? ਬੀਜ ਜ਼ਿਆਦਾ ਚੱਲਦਾ ਮਟੋਰ ਜੀ, ਇਹਦੇ 'ਚ ਇੱਕ ਲੀਨਾ ਪਾ ਕੇ ਔਰ ਇੱਕ ਮਟੋਰ ਜ਼ਿਆਦਾ ਮਸ਼ਹੂਰ ਨੇ। ਲੇਕਿਨ ਇਹਦੇ 'ਚ ਇੱਕ ਸੁਪਰ ਪੋਲੋ ਨਾਂ ਦਾ ਬੀਜ ਉਹ ਮੈਂ ਇੱਕ ਸਾਲ ਕਾਸ਼ਤ ਕੀਤਾ ਸੀ, ਬੜੀ ਅੱਛੀ ਵਰਾਇਟੀ ਸੀ। ਉਸ ਤੋਂ ਬਾਅਦ ਮੈਨੂੰ ਅੱਜ ਤੱਕ ਮਿਲਿਆ ਨਹੀਂ, ਮੈਂ ਕੋਸ਼ਿਸ਼ ਕੀਤੀ ਹੈ ਮੈਨੂੰ ਮਿਲਿਆ ਲੇਕਿਨ ਨਹੀਂ ਮਿਲਿਆ। ਹੁਣ ਇੱਥੇ ਦੱਸਣ ਦਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਹੀ ਹੈ ਕਿ ਇਹਦੇ 'ਚ ਅਸੀਂ ਦੱਸਣਾ ਕਿ ਪੈਦਾਵਾਰ ਅੱਛੀ ਕਿਵੇਂ ਲੈ ਸਕਦੇ ਹਾਂ, ਜਰਮੀਨੇਸ਼ਨ ਅੱਛੀ ਕਿਵੇਂ ਲੈ ਸਕਦੇ ਹਾਂ। ਇਹਦਾ ਸੋਇੰਗ ਟਾਈਮ ਦੱਸੋ ਪਹਿਲੇ। ਇਹਦਾ ਸੋਇੰਗ ਟਾਈਮ ਆਹ ਹੈ ਕਿ 20 ਸਤੰਬਰ ਤੋਂ ਲੈ ਕੇ 15 ਅਕਤੂਬਰ ਤੱਕ ਤੁਸੀਂ ਸੋਇੰਗ ਕਰ ਸਕਦੇ ਹੋ। ਠੀਕ ਹੈ, ਜਿਹੜੇ ਜ਼ਿਆਦਾ ਜਲਦੀ ਕਾਸ਼ਤ ਕਰਦੇ ਨੇ, ਮਤਲਬ ਗੇਤਰੀ ਕਾਸ਼ਤ ਕਰਦੇ ਨੇ, ਉਹਨਾਂ ਦੀ ਜਰਮੀਨੇਸ਼ਨ ਵੀ ਘੱਟ ਹੋਏਗੀ ਔਰ ਉਹਨਾਂ ਦੇ ਬੂਟਿਆਂ 'ਤੇ ਜਿਹੜੀਆਂ ਫਲੀਆਂ ਲੱਗਣਗੀਆਂ ਉਹਨਾਂ ਦੀ ਮਿਕਦਾਰ ਵੀ ਘੱਟ ਹੋਏਗੀ। ਜਿਸਲੇ ਤੁਸੀਂ ਇਹਨੂੰ ਗੱਡ ਦਿੰਦੇ ਹੋ, ਇਹਦਾ ਮਤਲਬ ਬੀਜ ਦੇ ਦਿੱਤਾ, ਬੀਜ ਅਤੇ ਖਾਦ DAP ਜਿਹੜੀ ਉਹ ਇੱਕੋ ਵਾਰੀ ਦੇ ਕੇ ਛੱਟਾ ਕਰਕੇ ਫਿਰ ਇਹਦਾ ਜਨਾਬ ਤੁਸੀਂ ਉੱਤੇ ਖੇਲਾਂ ਬਣਾਉਂਦੇ ਹੋ। ਖੇਲਾਂ ਬਣਾ ਕੇ ਉਹਦੇ ਨਾਕੂ ਬੰਨੀਆਂ ਸਿੱਧੀਆਂ ਕਰਕੇ ਉਹਦੇ ਤੋਂ ਮਤਲਬ 36 ਕੁ ਘੰਟੇ ਬਾਅਦ ਉਹਨੂੰ ਤੁਸੀਂ ਪਾਣੀ ਲਾ ਦਿੰਦੇ।